ਕਾਰਨ ਕੀ ਦੱਸਿਆ ਜਾਂਦਾ ਹੈ ਜਦੋਂ ਪੁਲਿਸ ਤੁਹਾਨੂੰ ਇੱਥੇ ਲੈ ਕੇ ਆਉਂਦੀ ਹੈ, ਰੀਜ਼ਨ ਕੀ ਦੱਸਿਆ ਜਾਂਦਾ? ਪੁਲਿਸ ਕਹਿੰਦੀ ਕਿ ਅਸੀਂ ਉੱਥੇ ਨਹੀਂ ਜਾਣ ਦੇਣਾ, ਉੱਥੇ ਜਾਣ ਨਾਲ ਸਾਡਾ ਮਾਹੌਲ ਖਰਾਬ ਹੋਊਗਾ ਇੱਥੇ ਦਾ। ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੁੰਦੀ ਹੁੰਦੀ ਜਦੋਂ ਐਮ ਪੀ ਸੀਗੇ, ਜਦੋਂ ਕੈਪਟਨ ਨੇ ਯੂਨੀਅਨ ਤੋੜੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੇਰੇ ਨਾਲ ਆ ਟਰੱਕ ਜਿਹਦੇ ਨਾਲ ਆ, ਮੈਂ ਪਾਰਲੀਮੈਂਟ 'ਚ ਵੀ ਬੋਲਾਂਗਾ। ਪਤਾ ਨਹੀਂ ਯਾਰ ਹੁਣ ਕਿਉਂ ਨਹੀਂ ਬੋਲਦੇ, ਮੈਨੂੰ ਸਮਝ ਨਹੀਂ ਆਈ। ਦੇਖਿਆ ਨੀ ਵੀ ਕਿਸੇ ਲੀਡਰ ਨੇ ਕਿਹਾ ਵੀ ਹਾਂ ਇਹ ਕਾਨੂੰਨ ਮਾੜੇ ਆ। ਕਿਉਂ ਯਾਰ ਗੋਲੀਆਂ ਪਾਈਆਂ ਹੋਈਆਂ ਮੂੰਹ 'ਚ, ਆਉਣ ਤਾਂ ਸਹੀ ਟਰੱਕਾਂ ਦੇ ਕੋਲ। ਮੈਨੂੰ ਸਹੀ ਮੈਨੇ ਇਸ ਗੱਲ ਦਾ ਦੁੱਖ ਆ ਕਿ ਅੱਜ ਪੰਜਾਬ ਦੇ ਟਰੱਕ ਆਪਰੇਟਰ ਲੜਾਈ ਲੜਦੇ, ਲੜਾਈ ਪੰਜਾਬ ਦੀ ਆ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਚੁੱਪ ਗਏ ਹੁਣ। ਅਸੀਂ ਜਦੋਂ ਅੰਦੋਲਨ ਸੀ ਮੈਂ ਵੀ ਘੱਟੋ ਘੱਟ 10 ਵਾਰੀ ਗਿਆ ਇੱਥੇ ਸ਼ਹਿਰ, ਮੇਰੀ ਫੇਸਬੁੱਕ 'ਤੇ ਚੈੱਕ ਕਰ ਲਓ, ਘੱਟੋ ਘੱਟ 10 ਪ੍ਰੋਗਰਾਮ ਕੀਤੇ, ਮੰਤਰੀਆਂ ਦੇ ਘਰ ਗਏ, ਟਰੈਕਟਰਾਂ ਦੇ ਰੋਡ ਸ਼ੋਅ ਕੱਢੇ, ਕਿੰਨਾ ਕੁਛ ਹੋ ਗਿਆ। ਅਸੀਂ ਕਿਸੇ ਦੇ ਇਨਸਾਨ ਥੋੜ੍ਹੀ ਕਿਤਾ ਸੀ ਵੀ ਕਿਸਾਨਾਂ ਦੇ ਪੋਤੇ ਆ। ਪੰਜਾਬ ਦੇ ਅੱਜ ਲੋਕਾਂ ਨੂੰ ਚਾਹੀਦਾ ਤਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ, ਮੈਂ ਟਰੱਕਾਂ ਦੀ ਤਾਂ ਗੱਲ ਹੀ ਨਹੀਂ ਕਰਦਾ, ਪਰ ਪੰਜਾਬ ਦੇ ਲੋਕ ਟਰੱਕ ਆਪਰੇਟਰਾਂ ਨੂੰ ਗਾਲਾਂ ਕੱਢਦੇ ਆ। ਜੋ ਪਰਚਾ ਕਰਨਾ ਜਿਹਨੇ ਜੋ ਕਹਿਣਾ ਕਵੇ, ਮੈਂ ਸੱਚ ਨੂੰ ਕਹੂੰਗਾ, ਕਹਿੰਦਾ ਰਹੂੰਗਾ, ਟਰੱਕ ਜਿਹਨਾਂ ਦੀ ਲੜਾਈ ਲੜਦਾ ਆ ਲੜਦਾ ਰਹੂੰ, ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨੀ ਆ, ਲੜਨੀ ਲੜਨੀ ਆ। ਅਸੀਂ ਪੰਜਾਬੀ ਹਾਂ, ਸਾਡੀਆਂ ਜੇ ਸਾਡੀ ਆਬਾਦੀ 2%, ਕੁਰਬਾਨੀਆਂ ਸਾਡੀਆਂ 92%, ਪੰਜਾਬ ਦੀਆਂ ਟਰੱਕ ਯੂਨੀਅਨ ਜਿੰਦਾਬਾਦ ਹੈਗੀਆਂ, ਜਿੰਦਾਬਾਦ ਰੱਖਣੀਆਂ ਆ। ਮਰਦੇ ਦਮ ਤੱਕ ਲੜਾਈ ਲੜੂੰਗਾ, ਮੈਂ ਨਾ ਪਰਚੀਆਂ ਤੋਂ ਡਰਦਾ, ਨਾ ਮੈਨੂੰ ਅੰਦਰ ਜਾਣ ਦਾ ਕੋਈ ਡਰ ਆ। ਜਿਹੜੇ ਹੈਪੀ ਸੰਧੂ ਹੈ ਉਹ ਵੀ ਇੱਥੇ ਪਹੁੰਚ ਗਏ ਨੇ। ਕੁਝ ਦੇਰ ਪਹਿਲਾਂ ਪੰਜਾਬ ਪੁਲਿਸ ਵੱਲੋਂ ਪ੍ਰਧਾਨ ਸਾਹਿਬ ਨੂੰ ਇੱਥੇ ਲਿਜਾਇਆ ਗਿਆ ਸੀ, ਤਾਂ ਹੈਪੀ ਸੰਧੂ ਇੱਥੇ ਪਹੁੰਚੇ ਹੋਏ ਨੇ। ਪੰਜਾਬ ਸਰਕਾਰ ਦੇ ਨਾਲ ਗੱਲ ਕਰਕੇ, ਜਿਹੜੇ ਪੰਜਾਬ ਨਾਲ ਸਾਡੀਆਂ ਆਉਣ ਵਾਲੇ 10 ਦਿਨਾਂ ਦੇ ਵਿੱਚ ਉਹਦਾ ਹੱਲ ਕਰਕੇ, ਸੀ ਐਮ ਸਾਹਿਬ ਨਾਲ ਮੀਟਿੰਗ ਕਰਾ ਕੇ ਉਹਦਾ ਹੱਲ ਕੀਤਾ ਜਾਊਗਾ। ਜਿਹੜੀ ਸੈਂਟਰ ਗੌਰਮੈਂਟ ਨਾਲ ਹੈਗਾ ਆ, ਉਹ ਜਿਹੜੀ ਤੁਹਾਡੀ ਸੈਂਟਰ ਗੌਰਮੈਂਟ ਦੀ ਮੰਗ ਹੈ ਉਹ ਸੈਂਟਰ ਗੌਰਮੈਂਟ ਨੂੰ ਅਸੀਂ ਭੇਜ ਦਿੰਦੇ ਹਾਂ। ਸੈਂਟਰ ਗੌਰਮੈਂਟ ਕਰ ਵੀ ਰਹੀ ਆ, ਪਰ ਮੈਂ ਜਿਹੜਾ ਸਟ੍ਰਾਈਕ 'ਤੇ ਹੈਗਾ ਹਾਂ, ਟਰੱਕਾਂ ਨੇ ਅਣਮਿੱਥੇ ਸਮੇਂ ਦੀ ਸਟ੍ਰਾਈਕ ਕੀਤੀ ਹੋਈ ਆ, ਉਹ ਸਟ੍ਰਾਈਕ ਜਿਵੇਂ ਦੀ ਪਹਿਲਾਂ ਚੱਲ ਰਹੀ ਆ ਉਵੇਂ ਰਹੂਗੀ। ਪਰ ਜਿਹੜਾ ਮੈਂ 5 ਤਰੀਕ ਨੂੰ ਫਲੋਰ ਦੇ ਵਿੱਚ ਰੋਡ ਜਾਮ ਕਰਨ ਦਾ ਪ੍ਰੋਗਰਾਮ ਬਣਾਇਆ ਸੀ, ਉਹ ਕਿਉਂਕਿ ਪਹਿਲਾਂ ਮੈਂ 18 ਤਰੀਕ ਦਿੱਤੀ ਸੀ, 17 ਤਰੀਕ ਨੂੰ ਗੁਰਪੁਰਬ ਸਾਹਿਬ ਦਾ ਹੈਗਾ ਸਾਡੇ ਬਣਾਇਆ, ਇਸ ਕਰਕੇ ਪਹਿਲਾਂ ਲੋਹੜੀ ਮਾਘੀ ਆ 18 ਦਿੱਤੀ ਸੀ, ਉਹ ਦੁਬਾਰਾ 18 ਦੀ 18 ਬਰਕਰਾਰ ਰੱਖੀ ਜਾਊਗੀ। 18 ਤਰੀਕ ਤੱਕ ਮੈਂ ਸਰਕਾਰ ਨੂੰ ਟਾਈਮ ਦਿੱਤਾ, ਮੈਂ 18 ਤਰੀਕ ਦਾ ਪਹਿਲਾਂ ਪ੍ਰੋਗਰਾਮ ਸੀ ਉਹਨੂੰ 18 ਦਾ 18 ਸਟ੍ਰਾਈਕ ਚੱਲੂਗੀ, ਜਿਹੜਾ ਰੋਡ ਜਾਮ ਕਰਨਾ ਸੀ ਫਲੋਰ ਦੇ ਵਿੱਚ ਉਹ 18 ਤਰੀਕ ਦਾ ਸਮਾਂ ਦਿੱਤਾ। 18 ਤਰੀਕ ਤੱਕ ਸਰਕਾਰ ਨੇ ਜੇ ਮੰਗਾਂ ਸਾਡੀਆਂ ਮੰਨ ਲਈਆਂ ਪੰਜਾਬ ਸਰਕਾਰ ਨੇ, ਅਤੇ ਫਿਰ ਅਸੀਂ ਨਕੋਦਰ ਦੇ ਵਿੱਚ ਕਬੱਡੀ ਰੈਲੀ ਕਰਨ ਜਾ ਰਹੇ ਹਾਂ। ਜੇ ਸਰਕਾਰ ਨੇ ਸਾਨੂੰ ਰੋਡ ਜਾਮ ਕਰਨ ਦੀ ਲੋੜ ਨਾ ਪਈ, ਇੱਕ ਵੱਡੀ ਰੈਲੀ ਕਰਾਂਗੇ, ਉਹ 'ਚ ਮੁੱਖ ਮੰਤਰੀ ਸਾਹਿਬ ਆ ਕੇ ਐਲਾਨ ਕਰਨਗੇ ਕਿ ਪੰਜਾਬ ਦੇ ਟਰੱਕ ਆਪਰੇਟਰਾਂ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਗਈਆਂ। ਅਤੇ ਸੋ ਇਹ ਅੱਜ ਫੈਸਲਾ ਹੋਇਆ ਸਾਡਾ, ਬਾਕੀ ਜਿਹੜਾ ਆਉਣ ਵਾਲੇ ਸਮੇਂ ਦੀ ਤਿਆਰੀ ਕਰਦੇ ਹਾਂ 18 ਤਰੀਕ ਦੀ। ਬਾਕੀ ਸਰਕਾਰ ਅਸੀਂ ਚਾਹੁੰਦੇ ਹਾਂ ਸਰਕਾਰ ਗੱਲਬਾਤ ਦਾ ਮਸਲਾ ਹੱਲ ਕਰੇ, ਕਿਉਂਕਿ ਹਰ ਇੱਕ ਮਸਲੇ ਦਾ ਹੱਲ ਗੱਲਬਾਤ ਆ, ਅਸੀਂ ਕਿਸੇ ਦੀ ਖੱਜਲ ਖਰਾਬੀ ਨਹੀਂ ਚਾਹੁੰਦੇ। ਪਰ ਅੱਜ ਮੈਨੂੰ ਸਹੀ ਮੈਨੇ ਇਸ ਗੱਲ ਦਾ ਦੁੱਖ ਆ ਕਿ ਅੱਜ ਪੰਜਾਬ ਦੇ ਟਰੱਕ ਆਪਰੇਟਰ ਲੜਾਈ ਲੜਦੇ, ਲੜਾਈ ਪੰਜਾਬ ਦੀ ਆ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਚੁੱਪ ਗਈਆਂ। ਮੈਨੂੰ ਤਾਂ ਇਸ ਗੱਲ 'ਤੇ ਨਹੀਂ, ਆਵਾਜ਼ ਮਾਰੋ ਆ ਜਾਣਗੇ, ਪਰ ਉਹਨਾਂ ਨੂੰ ਪੰਜਾਬ ਦੇ ਵਿੱਚ ਆਪਣੇ ਲੈਵਲ 'ਤੇ ਕਰਨਾ ਜਾਂ ਮੇਰੇ ਮਗਰ ਤਾਂ ਕਹਿੰਦੇ, ਮੈਨੂੰ ਫੋਨ ਵੀ ਕਰਦੇ ਆ। ਤੁਹਾਨੂੰ ਮਨਸ਼ਾ ਕੀ ਲੱਗਦੀ ਹੈ ਵੀ ਕੇਂਦਰ ਸਰਕਾਰ ਦੀ? ਕੁਛ ਯੂਨੀਅਨ ਦੇ ਮੈਨੂੰ ਸਪੋਰਟ ਲਈ ਫੋਨ ਆ ਰਹੇ ਆ, ਪਰ ਮੈਂ ਕਹਿੰਦਾ ਕਿ ਆਪਣੇ ਲੈਵਲ 'ਤੇ ਆਪਾਂ ਰੈਲੀਆਂ ਕਰ ਰਹੇ, ਅਤੇ ਇਹ ਕਿਉਂਕਿ ਇਹ ਜਿਹੜਾ ਕਾਨੂੰਨ ਆ ਇਹ ਪੰਜਾਬ ਦੇ ਟਰੈਕਟਰ ਵਾਲੇ ਜਿਹੜੇ ਟਰੈਕਟਰ ਆ ਜਿਹੜੇ ਟਰੈਕਟਰ ਚਲਾਉਂਦੇ ਆ ਉਹਦੇ ਵੀ ਖਿਲਾਫ ਆ, ਕਿਉਂਕਿ ਡਰਾਈਵਰ ਦੇ ਖਿਲਾਫ ਆ, ਟਰੱਕ ਆਪਰੇਟਰ ਦੇ ਖਿਲਾਫ ਥੋੜ੍ਹੀ ਇਹ ਕਾਨੂੰਨ। ਪਤਾ ਨਹੀਂ ਪੰਜਾਬ ਦੇ ਲੋਕ ਜਾਂ ਇੰਡੀਆ ਦੇ ਲੋਕ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ, ਇਹ ਸਮਝਦੇ ਆ ਕਿ ਇਹ ਟਰੱਕਾਂ ਦਾ ਕਾਨੂੰਨ ਹੈ, ਟਰੱਕਾਂ ਦੇ ਖਿਲਾਫ। ਆਲ ਇੰਡੀਆ ਦੀ ਗੱਲ ਹੁੰਦੀ ਹੈ ਤੇ ਆਲ ਇੰਡੀਆ ਲੈਵਲ ਦੇ ਉੱਤੇ ਕੱਲ ਗ੍ਰਹਿ ਸਕੱਤਰ ਨਾਲ ਵੀ ਗੱਲ ਕੀਤੀ ਜਾਂਦੀ ਹੈ, ਪਰ ਉਹਦੇ ਵਿੱਚ ਤਾਂ ਕਹਿ ਦਿੱਤਾ ਗਿਆ ਕਿ ਅਸੀਂ ਮਿਲ ਬੈਠ ਕੇ ਮੀਟਿੰਗ ਕਰ ਲਾਂਗੇ, ਮੁੜ ਕੇ ਆਪਾਂ ਰੱਦ ਕਰ ਦਾਂਗੇ ਜੇ ਕਰਨੇ ਹੋਣਗੇ ਤਾਂ।
ਦੇਖੋ ਪਹਿਲੀ ਗੱਲ ਤਾਂ ਮੈਂ ਆਲ ਇੰਡੀਆ ਮੋਟਰ ਕਾਂਗਰਸ ਦਾ ਨਾ ਮੈਂ ਹਿੱਸਾ ਹੈਗਾ ਆ, ਨਾ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਆ। ਉਹ ਜਿਹੜਾ ਉਹਦਾ ਪ੍ਰਧਾਨ ਆ, ਜਿਹੜਾ ਉਹਦਾ ਪ੍ਰਧਾਨ ਕੱਲ੍ਹ ਬਲ ਬਿਆਨ ਦੇ ਰਿਹਾ ਸੀ 1000 ਕਰੋੜ ਦਾ ਬੈਕ ਸਕੈਂਡਲ ਦਾ ਪਰਚਾ ਉਹਦੇ 'ਤੇ ਮਹਾਰਾਸ਼ਟਰ ਵਿੱਚ, ਉਹਨੇ ਤਾਂ ਆਪਣਾ ਚੰਮ ਬਚਾਉਣਾ ਆ, ਉਹਨਾਂ ਨੂੰ ਲੋੜ ਆ, ਮੈਨੂੰ ਕਿਸੇ ਦੀ ਕੋਈ ਡਰਨ ਵਾਲੀ ਲੋੜ ਨਹੀਂ ਹੈਗੀ। ਪੰਜਾਬ ਦੇ ਟਰੱਕ ਆਪਰੇਟਰਾਂ ਦੇ ਨਾਲ ਲੜਾਈ ਲੜੂੰਗਾ, ਪੰਜਾਬ ਦੇ ਲੋਕ ਸਾਡੇ ਨਾਲ ਆ, ਉਹ ਜਿੱਦਣ ਜ਼ਰੂਰਤ ਪੈ ਕੇ ਦਿਖਾਵਾਂਗੇ। ਇਹ ਤਾਂ ਰਾਤੀ ਮੈਂ 6:30 ਵਜੇ ਮੋਗੇ ਤੋਂ ਧਾਨਾ ਲਾ ਕੇ ਆ ਰਿਹਾ ਸੀ, ਮੋਗੇ ਤੋਂ ਸਾਡੇ ਪ੍ਰਧਾਨ ਜਤੂਰ ਸਾਹਿਬ ਵੀ ਆਏ, ਬਾਕੀ ਸਾਰੇ ਵਿਚਾਰੇ ਸਾਥੀ ਮੇਰੇ ਆਏ ਆ, ਅਤੇ ਮੈਂ ਇੱਕ ਵੀਡੀਓ ਪਾ ਦਿੱਤੀ, ਮੇਰੇ ਤੋਂ ਫੋਨ ਵੀ ਨਹੀਂ ਕਰ ਹੋਏ, ਅਤੇ ਹਾਲੇ ਕਈ ਲੋਕ ਪਿੱਛੇ ਮੁੜ ਕੇ ਗਏ ਜਦੋਂ ਪਤਾ ਲੱਗਾ ਵੀ ਮੈਂ ਮਨਾ ਕਰਤਾ ਵੀ ਨਾ ਆਵੋ, ਕਿਸੇ ਦਿਨ ਸਮਾਂ ਆਉਣ ਦਿਓ ਦਿਖਾਵਾਂਗੇ। ਅੱਛਾ, ਪੁਲਿਸ ਵੱਲੋਂ ਤੁਹਾਨੂੰ ਉੱਥੋਂ ਲਿਜਾਇਆ ਕਿਉਂ ਜਾਂਦਾ ਹੈ, ਕਾਰਨ ਕੀ ਦੱਸਿਆ ਜਾਂਦਾ ਹੈ ਜਦੋਂ ਪੁਲਿਸ ਤੁਹਾਨੂੰ ਇੱਥੇ ਲੈ ਕੇ ਆਉਂਦੀ ਹੈ, ਰੀਜ਼ਨ ਕੀ ਦੱਸਿਆ? ਪੁਲਿਸ ਕਹਿੰਦੀ ਕਿ ਅਸੀਂ ਉੱਥੇ ਨਹੀਂ ਜਾਣ ਦੇਣਾ, ਉਹਦੇ ਜਾਣ ਨਾਲ ਸਾਡਾ ਮਾਹੌਲ ਖਰਾਬ ਹੋਊਗਾ ਇੱਥੇ ਦਾ, ਵੀ ਅਸੀਂ ਆਪਣੀ ਇਹਨੂੰ ਲਾਉਣ ਵਾਲੇ ਨੂੰ ਦੇਖਦੇ ਹੋਏ ਤੈਨੂੰ ਅਰੈਸਟ ਕੀਤਾ ਹੈ, ਪਰ ਉਹ ਨਜ਼ਰਬੰਦ ਕੀਤਾ ਹੈ, ਮੀਟਿੰਗ ਦੇ ਕਰਕੇ ਹੱਲ ਕਰ ਲਵਾਂਗੇ। ਤੇ ਸੋ ਜੇ ਹਰੇਕ ਡਰਾਈਵਰ ਤੇ ਢੁਕਦਾ ਹੈ, ਮੰਨ ਲਓ ਹਰੇਕ ਡਰਾਈਵਰ ਨੂੰ ਇਹ ਮਤਲਬ ਖਦਸ਼ਾ ਦੇਖ ਰਿਹਾ ਵੀ ਸਾਡੇ ਤੇ ਇਹ ਢੁਕੂਗਾ ਤਾਂ ਸਾਨੂੰ ਸਜ਼ਾ ਹੋਊਗੀ, ਉਹਨਾਂ ਡਰਾਈਵਰਾਂ ਬਾਰੇ ਕੀ ਖਿਆਲ ਹੈ ਜਿਹੜੇ ਜਿਹੜੇ ਪੈਟਰੋਲ ਡੀਜ਼ਲ ਦੇ ਟੈਂਕ ਲੈ ਕੇ ਪੈਟਰੋਲ ਪੰਪਾਂ ਤੱਕ ਪਹੁੰਚ ਰਹੇ ਨੇ ਜੀ? ਕੁਛ ਗਦਾਰ ਲੋਕ ਜਿਹੜੇ ਗਦਾਰੀ ਕਰਦੇ ਆ, ਆਪਣੀ ਧੜੇਬੰਦੀਆਂ ਜਥੇਬੰਦੀਆਂ ਗਦਾਰੀ ਕਰਦੇ ਹੋ, ਚੱਲੀ ਜਾਂਦਾ ਯਾਰ ਸਿਸਟਮ, ਜੇ ਸਾਰਾ ਕੁਝ ਠੀਕ ਹੋਵੇ ਤਾਂ ਸਾਰਾ ਕੁਝ ਠੀਕ ਨਾ ਹੋ ਜਾਓ, ਕੋਈ ਗੱਲ ਨਹੀਂ ਉਹਨਾਂ ਦਾ। ਤੁਹਾਡੀ ਕਿਸਾਨਾਂ ਨਾਲ ਕੋਈ ਨਾਰਾਜ਼ਗੀ ਹੋਣੀ? ਮੇਰੀ ਕੋਈ ਨਾਰਾਜ਼ਗੀ ਨਹੀਂ, ਕਿਸੇ ਨਾਲ ਵੀ ਨਾਰਾਜ਼ਗੀ, ਮੇਰੇ ਪੰਜਾਬ ਦੇ ਕਿਸੇ ਨਾਲ ਨਾਰਾਜ਼ ਨਹੀਂ, ਪੀੜਾ ਹੈ ਇਸ ਗੱਲ ਦੀ ਵੀ ਅਸੀਂ ਕਿਸਾਨਾਂ ਲਈ, ਅਸੀਂ ਕਿਸਾਨਾਂ ਦੇ ਪੋਤੇ ਹਾਂ, ਸਾਰੇ ਪੁੱਛ ਲਓ ਕਿਹੜਾ ਨਹੀਂ ਅੰਦੋਲਨ 'ਚ ਗਿਆ, ਪਰ ਕਿਸਾਨ ਬੋਲਦੇ ਕਿਉਂ ਨਹੀਂ? ਟਰੈਕਟਰ ਦਾ ਡਰਾਈਵਰ ਵੀ ਡਰਾਈਵਰ ਆ, ਕਾਰ ਦਾ ਡਰਾਈਵਰ ਵੀ ਡਰਾਈਵਰ, ਕਿਸਾਨ ਵੀ ਡਰਾਈਵਰ ਆ, ਉੱਥੇ ਗੱਲ ਕਿਉਂ ਨਹੀਂ ਕਰਦੇ? ਮੈਨੂੰ ਇਸ ਗੱਲ ਦਾ ਦੁੱਖ ਆ, ਹੋਰ ਕੋਈ ਮੈਨੂੰ ਕੋਈ ਕਿਸਾਨਾਂ ਨਾਰਾਜ਼ਗੀ ਨਹੀਂ ਹੈ, ਬਹੁਤ ਜਥੇਬੰਦੀਆਂ ਨਾਲ ਆਉਣ ਨੂੰ ਵੀ ਕਹਿੰਦੀਆਂ, ਪਰ ਮੈਨੂੰ ਇਸ ਗੱਲ ਦਾ ਦੁੱਖ ਜਿਹੜਾ ਹੈਗਾ ਹੈਗਾ ਆ, ਯਾਰ ਕਰਦਾ ਮੇਰੀ ਇਕਾਤ ਹੈ, ਜੋ ਸੱਚ ਆ ਮੈਂ ਕਹਿੰਦਾ ਆ, ਜਿਹੜੀ ਗੱਲ ਦਾ ਦੁੱਖ ਆ ਦੁੱਖ ਆ। ਪੰਜਾਬ ਦੇ ਅੱਜ ਲੋਕਾਂ ਨੂੰ ਚਾਹੀਦਾ ਤਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ, ਮੈਂ ਟਰੱਕਾਂ ਦੀ ਤਾਂ ਗੱਲ ਹੀ ਨਹੀਂ ਕਰਦਾ, ਪਰ ਪੰਜਾਬ ਦੇ ਲੋਕ ਟਰੱਕ ਆਪਰੇਟਰਾਂ ਨੂੰ ਗਾਲਾਂ ਕੱਢਦੇ ਆ, ਕੀ ਕਹਿੰਦੇ ਇਹਨਾਂ ਨੇ ਗੰਦ ਪਾਇਆ ਵਿੱਚ, ਕੋਈ ਵੀ ਮੰਗ ਜਿਹੜੀ ਨਾ ਮੰਨੀ ਤਾਂ ਕਿਸਾਨਾਂ ਵਾਂਗ ਦਿੱਲੀ ਜਾ ਵੜੂੰਗੇ? ਪਹਿਲਾਂ ਪੰਜਾਬ ਨਾਲ ਲੜੂੰਗਾ, ਫਿਰ ਜੇ ਪੰਜਾਬ ਦੇ ਮਸਲੇ ਹੋ ਗਏ ਫਿਰ ਦਿੱਲੀ ਵੀ ਜਾਵਾਂਗਾ, ਕੋਈ ਗੱਲ ਦਿੱਲੀ ਦੂਰ ਥੋੜ੍ਹੀ ਸਾਡੇ ਤੋਂ। ਗੁਰੂ ਗੋਬਿੰਦ ਸਿੰਘ ਕਿਸਾਨ ਜਥੇਬੰਦੀਆਂ ਦੇ ਵਿੱਚ ਕੋਈ ਕਿਸਾਨ ਜਥੇਬੰਦੀ ਅਜਿਹੀ ਹੈ ਜਿਨ੍ਹਾਂ ਦਾ ਤੁਹਾਨੂੰ ਹੈਪੀ ਸੰਧੂ ਨੂੰ ਕਾਲ ਆਈ ਹੋਵੇ, ਭਾਈ ਅਸੀਂ ਤੁਹਾਡੀ ਹਮਾਇਤ ਦੇ ਵਿੱਚ ਆਏ? ਕਿਸਾਨ ਬੰਦੀਆਂ ਲੋਕਲ ਪ੍ਰਧਾਨਾਂ ਸਾਹਿਬਾਨਾਂ ਦੇ ਬਹੁਤ ਫੋਨ ਆਏ, ਮੈਂ ਐਵੇਂ ਨਹੀਂ ਕਹੂੰਗਾ, ਪਰ ਬਹੁਤ ਜਿਹੜੇ ਵੱਡੇ ਲੀਡਰ ਆ, ਕਿਸੇ ਚਾਹੀਦਾ ਤਾਂ ਆਪਣੇ ਵੀ ਹਫਤੇ, ਉਹ ਵੀ ਤਾਂ ਕਿਸਾਨਾਂ ਨੂੰ ਵੀ ਤਾਂ ਨਾਲ ਜੀ, ਕੱਲ੍ਹ ਪਰਸੋਂ ਜੜਿਆਲੇ ਰੈਲੀ ਕੀਤੀ ਆ, ਉਹਦੇ 'ਚ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਵੀ ਅਸੀਂ ਇਸ ਕਾਨੂੰਨ ਦੇ ਖਿਲਾਫ ਹਾਂ। ਕਿਸੇ ਨੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰ ਲਈਏ, ਕਿਉਂਕਿ ਪੰਜਾਬ ਦੇ ਵਿੱਚ ਕੱਲ੍ਹ ਤੱਕ ਜਿਹੜਾ ਹਾਲਾਤ ਸੀਗੇ ਪੈਟਰੋਲ ਪੰਪਾਂ ਦੇ ਡਰਾਈਵਰਾਂ ਨੂੰ ਲੈ ਕੇ, ਉਹਨਾਂ ਨੇ ਐਲਾਨ ਕਰਤਾ ਸੀ ਜਲੰਧਰੋਂ ਕਿ ਆਪਾਂ ਚਲਾ ਦੇਵਾਂਗੇ, ਸਾਨੂੰ 30 ਦਿਨ ਦਾ ਸਮਾਂ ਦਿੱਤਾ, ਇੱਥੇ ਵੀ ਗੱਲਬਾਤ ਹੋਈ, ਹੁਣ ਉਸ ਤੋਂ ਬਾਅਦ ਇੱਦਾਂ ਦੇ ਹਾਲਾਤ ਦੁਬਾਰਾ ਬਣ ਸਕਦੇ ਜੀ? ਬਣ ਸਕਦੇ, ਕਿਉਂ ਨਹੀਂ ਬਣ ਸਕਦੇ? ਅਸੀਂ ਤਾਂ ਸਟ੍ਰਾਈਕ 'ਤੇ ਹੈਗੇ, ਸਟ੍ਰਾਈਕ 'ਤੇ ਰਹਿਣਾ ਸੀ, ਆਪਣਾ ਕੰਮਕਾਰ ਬੰਦ ਛੱਡਿਆ ਹੋਇਆ, ਬੰਦ ਕੀਤਾ ਹੋਇਆ, ਅੱਜ ਤੋਂ ਐਲਾਨ ਕੀਤਾ ਹੋਇਆ ਸਟ੍ਰਾਈਕ 'ਤੇ ਲਵਾਂਗੇ, ਜਦੋਂ ਤੱਕ ਸਾਡਾ ਫੈਸਲਾ ਨਹੀਂ ਹੁੰਦਾ, ਸੈਂਟਰ ਸਰਕਾਰ ਨਹੀਂ ਛੱਡਦੀ, ਉਹਦੀਆਂ ਸਪੈਸ਼ਲਾਂ ਜਿਹੜੀਆਂ ਜਾਂਦੀਆਂ ਅਨਾਜ ਦੀ ਢੋਆ ਢਵਾਈ ਹੁੰਦੀ ਉਹ ਬੰਦ ਕਰ ਦਿੱਤੀਆਂ ਗਈਆਂ ਆ। ਇਹ ਤੁਹਾਡੀ ਲੜਾਈ ਜੀ ਕੇਂਦਰ ਸਰਕਾਰ ਦੇ ਨਾਲ ਹੈ, ਜਦੋਂ ਆਪਾਂ ਖੇਤੀ ਕਾਨੂੰਨ ਦੀ ਗੱਲ ਕਰ ਲਈਏ, ਜਦੋਂ ਖੇਤੀ ਕਾਨੂੰਨ ਬਣਾਏ ਜਾਂਦੇ ਨੇ ਤਾਂ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਵੀ ਭਾਈ ਇਹ ਰੱਦ ਹੋਣੇ ਚਾਹੀਦੇ, ਕੇਂਦਰ ਦਾ ਵਿਰੋਧ ਕੀਤਾ ਜਾਂਦਾ ਹੈ, ਫਿਰ ਹੁਣ ਕਿਸਾਨ ਜਥੇਬੰਦੀਆਂ ਜਾਂ ਵੱਖੋ ਵੱਖਰੇ ਵਰਗਾਂ ਵੱਲੋਂ ਤੁਹਾਡਾ ਸਹਿਯੋਗ ਕਿਉਂ ਨਹੀਂ ਕੀਤਾ ਜਾ ਰਿਹਾ ਜੀ? ਯਾਰ ਇਹ ਮੈਂ ਕਹਿੰਦਾ ਇਸੇ ਗੱਲ ਦਾ ਤਾਂ ਰੋਣਾ, ਇਸੇ ਗੱਲ ਦੀ ਤਾਂ ਪੀੜਾ ਆ ਵੀ ਕਿਉਂ ਨਹੀਂ ਹੋ ਰਿਹਾ? ਅੱਜ ਵੱਡੀ ਦਿੱਤਾ ਦੇ ਵਿੱਚ ਕਿਸਾਨ, ਅਸੀਂ ਜਦੋਂ ਅੰਦੋਲਨ ਸੀ ਮੈਂ ਵੀ ਘੱਟੋ ਘੱਟ 10 ਵਾਰੀ ਗਿਆ ਇੱਥੇ ਸ਼ਾਇਦ, ਮੇਰੀ ਫੇਸਬੁੱਕ 'ਤੇ ਚੈੱਕ ਕਰ ਲਓ, ਘੱਟੋ ਘੱਟ 10 ਪ੍ਰੋਗਰਾਮ ਕੀਤੇ, ਮੰਤਰੀਆਂ ਦੇ ਘਰ ਕੇ, ਟ੍ਰੈਕਟਰਾਂ ਦੇ ਰੋਡ ਸ਼ੋਅ ਕੱਢੇ, ਕਿੰਨਾ ਕੁਛ ਉਸ, ਅਸੀਂ ਕਿਸੇ ਕਿਸਾਨ ਥੋੜ੍ਹੀ ਕਿ ਦੱਸੀ ਵੀ ਕਿਸਾਨਾਂ ਦੇ ਪੋਤਿਆਂ। ਗੱਲ ਇਹ ਵੀ ਆ ਕਿ ਜੇ ਇਹ ਵਿਰੋਧ ਕੇਂਦਰ ਦਾ ਹੈਗਾ, ਕੇਂਦਰ ਤੱਕ ਦਾ ਹੈਗਾ, ਤਾਂ ਫਿਰ ਸੂਬੇ ਪੱਧਰ ਦੇ ਉੱਤੇ ਕਿਉਂ ਇੰਨਾ ਮਿਹਨਤ ਸਕਰੇਟ ਕੀਤਾ ਜਾ ਰਿਹਾ? ਸੂਬੇ ਦੀਆਂ ਮੰਗਾਂ ਆ, ਸੂਬੇ 'ਚ ਰਹਿੰਦਾ ਮੈਂ ਕਿਉਂ ਦਿੱਲੀ ਜਾ ਕੇ ਲੜਾਂ? ਮੈਂ ਪੰਜਾਬ 'ਚ ਰਹਿੰਦਾ, ਪੰਜਾਬ ਕੱਟਣ ਵਾਲੇ ਕੇਂਦਰ ਸਰਕਾਰ ਹੈ ਇਹਨੂੰ, ਨਹੀਂ ਕੇਂਦਰੀ ਸਰਕਾਰ ਹੈ ਤਾਂ ਕੇਂਦਰੀ ਸਰਕਾਰ ਹੁਣ ਦਿੱਲੀ ਜਾ ਕੇ ਥੋੜ੍ਹੀ ਬਹਿ ਜਾਣਾ ਆ, ਮੈਂ ਇੱਥੇ ਦਿੱਲੀ ਜੰਮੂ ਜਿਹੜਾ ਦਿੱਲੀ ਜੰਮੂ ਹਾਈਵੇ ਇਹ ਬੰਦ ਕਰਨਾ,
18 ਤਰੀਕ ਤੱਕ ਦੇਖੂਗਾ ਨਹੀਂ ਕੀਤੀ ਸਰਕਾਰ ਨੇ। ਪਹਿਲਾਂ ਹੁਣ ਤੁਸੀਂ ਮੰਨ ਲਓ ਐਂ ਇਕੱਠ ਰੱਖ ਰਹੇ ਹੋ, ਜਿਵੇਂ ਹੁਣ ਜਲੰਧਰ ਪਹੁੰਚੇ ਹੋ, ਹੋਰ ਵੀ ਤੁਸੀਂ ਜ਼ਿਲ੍ਹਿਆਂ 'ਚ ਜਾਓਗੇ, ਇਸ ਤਰ੍ਹਾਂ ਦੇ ਇਕੱਠ ਰੱਖਣ ਨਾਲ ਤੁਹਾਨੂੰ ਲੱਗਦਾ ਕੇਂਦਰ ਸਰਕਾਰ ਤੱਕ ਤੁਹਾਡੀ ਆਵਾਜ਼ ਪਹੁੰਚੂਗੀ? ਪਹੁੰਚੂ। ਕੱਲ੍ਹ ਮੋਗੇ ਹਾਈਵੇ ਬੰਦ ਕਰਕੇ ਆ, ਜੇ ਮੋਗਾ ਫਿਰੋਜ਼ਪੁਰ ਹਾਈਵੇ 2 ਘੰਟੇ ਲਈ ਬੰਦ ਕੀਤਾ, ਉਹ ਤੋਂ ਪਹਿਲਾਂ ਫਰੀਦਕੋਟ ਬੰਦ ਕੀਤਾ। ਅੱਜ ਮੇਰਾ ਜੀਰੇ ਦਾ ਜਾਣ ਦਾ ਪ੍ਰੋਗਰਾਮ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦਾ ਸੀ, ਚਲੋ ਇਸ ਕੰਮ ਦੇ ਵਿੱਚ ਥੋੜ੍ਹਾ ਇੱਧਰ ਦਾ ਕਰਕੇ ਮੈਨੂੰ ਕੈਂਸਲ ਕਰਨਾ ਪਿਆ। ਆਉਣ ਵਾਲੇ ਸਮੇਂ 'ਚ ਕਰਾਂਗੇ, ਪੂਰਾ ਪੰਜਾਬ ਦਾ ਦੌਰਾ ਕਰ ਰਿਹਾ, ਤਿਆਰੀ ਕਰ ਰਹੇ ਹਾਂ। ਉਹਨਾਂ ਲੋਕਾਂ ਬਾਰੇ ਕੀ ਖਿਆਲ ਹੈ ਜਿਹੜੇ ਕਹਿੰਦੇ ਭਾਈ ਇਹ ਲੜਾਈ ਇਕੱਲੀ ਡਰਾਈਵਰਾਂ ਦੀ ਆ, ਸਾਡਾ ਇਹਨਾਂ ਨਾਲ ਕੀ ਲੈਣਾ ਦੇਣਾ, ਉਹਨਾਂ ਲੋਕਾਂ ਬਾਰੇ ਕੀ ਕਹੋਗੇ ਤੁਸੀਂ? ਯਾਰ ਉਹ ਆਪਣੇ ਘਰ ਰਾਜਸਥਾਨ ਨੂੰ ਕੋਈ ਫਰਕ ਨਹੀਂ ਨਾ ਮੈਨੂੰ, ਮੈਂ ਤਾਂ ਚਲੋ ਫਿਰ ਵੀ ਸਹਿਯੋਗ ਦੀ ਲੋੜ ਆ, ਪਰ ਕੋਈ ਚੱਕਰ ਨਹੀਂ, ਪੰਜਾਬ ਦੇ ਟਰੱਕ ਆਪਰੇਟਰ ਆਪਣੀ ਲੜਾਈ ਆਪ ਲੜਨਗੇ, ਕਿਸੇ ਸਾਨੂੰ ਇੰਨੀ ਵੀ ਸਾਨੂੰ। ਤੁਸੀਂ ਕੀ ਕਹੋਗੇ, ਕਿਉਂਕਿ ਲੋਕੀ ਕਹਿੰਦੇ ਕਿ ਸੈਂਟਰ ਦੀ ਲੜਾਈ ਹੈ, ਸਰਕਾਰਾਂ ਦੀ ਲੜਾਈ ਹੈ, ਇਹਦੇ 'ਚ ਆਮ ਪਬਲਿਕ ਦਾ ਕੀ ਦੋਸ਼ ਹੈਗਾ? ਅਸੀਂ ਪਬਲਿਕ ਨੂੰ ਕੁਝ ਕਹਿੰਦੇ ਨਹੀਂ ਹੈਗੇ। ਤੁਸੀਂ ਪਬਲਿਕ ਤੋਂ ਸਪੋਰਟ ਮੰਗੀ ਹੈ ਕਿ ਵੀ ਤੁਸੀਂ ਸਾਡਾ ਸਪੋਰਟ ਕਰੋ, ਕਿਉਂਕਿ ਪਬਲਿਕ ਸਭ ਤੋਂ ਜ਼ਿਆਦਾ ਖੱਜਲ ਹੋ ਰਹੀ ਹੈ? ਹੱਥ ਜੋੜ ਕੇ ਬੇਨਤੀ ਅਖਬਾਰਾਂ 'ਚ ਕਰ ਚੁੱਕਾ, ਸਾਰਿਆਂ ਨੂੰ ਕਰ ਚੁੱਕਾ, ਆਓ ਪੰਜਾਬ ਦੇ ਲੋਕੋ ਇਕੱਠੇ ਹੋਈਏ, ਪੰਜਾਬ ਦੀ ਲੜਾਈ ਹੈ, ਇੰਡੀਆ ਦੀ ਲੜਾਈ ਇੰਡੀਆ ਲੈਵਲ 'ਤੇ ਲੜੀ ਜਾਣੀ ਆ। ਅਸੀਂ ਪੰਜਾਬੀ ਹਾਂ, ਸਾਡੀਆਂ ਜੇ ਸਾਡੀ ਆਬਾਦੀ 2%, ਕੁਰਬਾਨੀਆਂ ਸਾਡੀਆਂ 92%, ਦੇਸ਼ ਕਿੰਨੇ ਯਾਦ ਕਰਿਆ ਸ਼ਹੀਦ ਭਗਤ ਸਿੰਘ ਨੇ, ਕਿੱਥੋਂ ਤੋਂ ਜੰਮੇ ਦੁਆਬੇ ਦੇ ਜੰਮੇ ਹੋਏ ਆ ਨਾ, ਅਤੇ ਜੇ ਦੁਆਬੇ ਦੇ ਪੰਜਾਬ ਦੇ ਲੋਕ ਜੁਝਾਰੂ ਲੋਕ ਆ ਮੋਦੀ ਯਾਰ। ਮੈਂ ਇੱਕ ਗੱਲ ਕਹਾਂ ਨਾ, ਮੈਂ ਜਿਹੜੀ ਗੱਲ ਤੋਂ ਮੈਨੂੰ ਦੁੱਖ ਆ, ਉਦਣ ਦਾ ਇਹ ਰੋਣਾ ਰੋਣਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਟਰੱਕ ਡਰਾਈਵਰ ਹੀ ਕਿਉਂ ਕਰਨ, ਬਾਕੀਆਂ ਦੀ ਕੀ ਪ੍ਰੋਬਲਮ? ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਕੋਈ ਗਲਤ ਨਾ ਲੈਣਾ, ਨਹੀਂ ਨਹੀਂ ਮੇਰੀ ਗੱਲ ਦਾ ਗੁੱਸਾ ਨਾ ਕਰਨਾ, ਤੁਸੀਂ ਕਾਰਾਂ 'ਚ ਚਲਾਉਂਦੇ ਆ ਜਾਂ ਮੋਟਰਸਾਈਕਲ ਚਲਾਉਂਦੇ ਆ, ਤੁਸੀਂ ਵੀ ਡਰਾਈਵਰ ਕਿਣੇ ਜਾਂਦੇ ਆ, ਸੇਮ ਰੂਲ ਪੁਲਿਸ ਉੱਤੇ ਵੀ ਸੇਮ ਆ। ਪੁਲਿਸ ਮੈਨੂੰ ਲੈ ਕੇ ਆਈ, ਮੈਂ ਕਿਹਾ ਭਾਈ ਸਾਹਿਬ ਜਿਹੜੇ ਗੱਡੀ ਚਲਾ ਰਹੇ ਸਰਦਾਰ ਜੀ ਆਪਾਂ ਨਾ, ਤੁਹਾਡੇ ਦੇ ਪਰਚਾ ਰਜਿਸਟਰ ਹੋ ਗਿਆ, ਨੌਕਰੀ ਵੀ ਜਾਣੀ ਆ, 10 ਸਾਲ ਸਜ਼ਾ ਵੀ ਹੋਣੀ ਆ, 10 ਲੱਖ ਜੁਰਮਾਨਾ ਵੀ ਹੋਣਾ, ਇਹ ਤਾਂ ਉਹਨਾਂ 'ਤੇ ਵੀ ਲਾਗੂਗਾ। ਆਮ ਲੋਕਾਂ ਦੀ ਗੱਲ ਕੀਤੀ ਵੀ ਆਮ ਲੋਕ ਵੀ ਖੜਦੇ ਪਏ, ਪਰ ਕੱਲ੍ਹ ਜਦੋਂ ਪੈਟਰੋਲ ਦਾ ਜਾਂ ਡੀਜ਼ਲ ਦਾ ਰੌਲਾ ਪਿਆ, ਉਹਨਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਸੀ ਵੀ ਅਸੀਂ ਕੈਨੀਆਂ ਭਰ ਲਈਏ, ਸਾਰਾ ਕੁਝ ਭਰ ਲਈਏ, ਪੈਟਰੋਲ ਸਾਡੇ ਕੋਲ ਆ ਜਾਵੇ ਅਤੇ ਡਰਾਈਵਰ ਘੰਟੇ ਕੋਲ। ਇਹੀ ਤਾਂ ਫਿਤਰਤ ਹੈ ਪੰਜਾਬ ਦੀ, ਕੁਛ ਲੋਕ ਵਿੱਚ ਗਦਾਰ ਲੋਕ ਹੈਗੇ, ਮੈਂ ਤਾਂ ਗਦਾਰ ਕਹੂੰਗਾ ਜਿਹੜੇ ਇੱਦਾਂ ਦਾ ਕੰਮ ਕਰਦੇ, ਜਿਹੜੇ ਪੰਜਾਬ ਨਾਲ ਨਹੀਂ ਖੜਦੇ, ਪੰਜਾਬ ਦੀ ਲੜਾਈ ਨਹੀਂ ਲੜਦੀ, ਉਹ ਮੈਂ ਗਦਾਰ ਕਹਿੰਦਾ। ਜਿਹਨੇ ਜੋ ਪਰਚਾ ਕਰਨਾ, ਜਿਹਨੇ ਜੋ ਕਹਿਣਾ ਕਵੇ, ਮੈਂ ਸੱਚ ਨੂੰ ਕਹੂੰਗਾ, ਕਹਿੰਦਾ ਰਹੂੰਗਾ, ਟਰੱਕ ਦੀ ਲੜਾਈ ਲੜਦਾ ਆ, ਲੜਦਾ ਰਹੂੰ, ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨੀ ਆ, ਲੜਨੀ ਹੀ ਲੜਨੀ ਆ। ਪ੍ਰਧਾਨ ਸਾਹਿਬ ਵਿਰੋਧੀ ਧਿਰਾਂ ਬਾਰੇ ਕੀ ਖਿਆਲ ਹੈ, ਚਾਹੇ ਆਪਾਂ ਬੀਜੇਪੀ ਦੀ ਗੱਲ ਕਰ ਲਈਏ, ਭਾਰਤੀ ਜਨਤਾ ਪਾਰਟੀ ਵੱਲੋਂ ਕਾਨੂੰਨ ਬਣਾਇਆ ਜਾਂਦਾ ਹੈ, ਵਿਰੋਧੀ ਧਿਰਾਂ ਬਾਰੇ ਕੀ ਖਿਆਲ ਹੈ, ਕਿਉਂ ਉਹਨਾਂ ਵੱਲੋਂ ਚੁੱਪ ਕਿਉਂ ਧਾਰੀ ਹੋਈ ਹੈ? ਪਹਿਲਾਂ ਤਾਂ ਮੈਂ ਬੀਜੇਪੀ ਦੀ ਗੱਲ ਕਰਾਂ, ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਹੰਕਾਰੀ ਰਾਜਾ ਸੀ ਨਾ, ਬੈਠਾ ਸੀ ਨਾ, ਇਹਨੇ ਦੋਨਾਂ ਨੇ ਰਲ ਕੇ ਯੂਨੀਅਨ ਤੋੜੀਆਂ ਪੰਜਾਬ ਦੀਆਂ। ਯੂਨੀਅਨ ਤੋੜਨ ਤੋਂ ਬਾਅਦ ਅਬੋਹਰ ਦੇ ਵਿੱਚ ਜਾਖੜ ਨੇ ਯੂਨੀਅਨ ਤਾਲਾ ਲਵਾਇਆ, ਮੈਂ ਕਿਸੇ ਨੂੰ ਭੁੱਲਦਾ ਨਹੀਂ ਹੈਗਾ, ਪਰ ਕੈਪਟਨ ਦਾ ਕੀ ਬਣਿਆ ਅੱਜ? ਮਤਲਬ ਬੰਦੇ ਦੇਖਿਆ ਜਾਵੇ, ਕੁੱਤਾ ਨਹੀਂ ਉਹਦੇ ਘਰ ਜਾਂਦਾ, ਅਤੇ ਬਣਨਾ ਜਾਖੜ ਦਾ ਵੀ ਕੀ ਆ? ਆਵੇ ਜਾਖੜ ਜਿੱਦਾਂ ਜਲੰਧਰ ਆਇਆ, ਦੱਸਿਓ ਜੇ ਨਾ, ਜੇ ਨਾ ਘਰਾ ਕੀਤਾ ਤਾਂ ਕਹਿ ਦਿਓ। ਮੈਂ ਮੰਤਰੀ ਦਾ ਜਿਹੜੇ ਕਾਨੂੰਨ ਮੰਤਰੀ ਰਾਮਪਾਲ ਜੀ ਮੇਘੇ ਲਾ ਕਰ ਗਿਆ, ਉਹਨਾਂ ਦਾ ਘਰਾਓ ਕਰਨਾ ਸੀ, ਉਹਨੂੰ ਕੁਦ ਦਾ ਪ੍ਰੋਗਰਾਮ ਦਿੱਤਾ ਸੀ, ਉਹਨਾਂ ਨੇ ਪ੍ਰੋਗਰਾਮ 'ਚ ਕੈਂਸਲ ਕਰਕੇ ਵਾਪਸ ਚਲ ਗਿਆ, ਕੋਈ ਫੇ ਆਊਗਾ ਕਰਾਂਗੇ। ਪੰਜਾਬ ਦੇ ਟਰੱਕ ਆਪਰੇਟਰਾਂ ਦੀ ਲੜਾਈ ਲੜਨੀ, ਪੰਜਾਬ ਦੀਆਂ ਟਰੱਕ ਯੂਨੀਅਨ ਜਿੰਦਾਬਾਦ ਹੈਗੀਆਂ, ਜਿੰਦਾਬਾਦ ਰੱਖਣੀਆਂ ਆ, ਮਰਦੇ ਦਮ ਤੱਕ ਲੜਾਈ ਲੜੂੰਗਾ ਮੈਂ, ਨਾ ਪਰਚੀਆਂ ਤੋਂ ਡਰਦਾ, ਨਾ ਮੈਨੂੰ ਅੰਦਰ ਜਾਣ ਦਾ ਕੋਈ ਡਰ ਆ। ਪੰਜਾਬ ਦੀ ਲੜਾਈ ਲੜਨੀ ਆ, ਟਰੱਕਾਂ ਦੀ ਲੜਾਈ ਲੜ ਕੇ ਜਿੱਤ ਕੇ ਉਦੋਂ ਖੜੇ ਸਾਹ ਲੈਣਾ ਆ। ਕਈ ਡਰਾਈਵਰ ਇੱਥੇ ਵੀ ਚਰਚਾਵਾਂ ਕਰ ਰਹੇ ਨੇ, ਉਹ ਕਹਿੰਦੇ ਵੀ ਭਾਈ ਜਿਵੇਂ ਕਿਸਾਨ ਜਿਵੇਂ ਦਿੱਲੀ ਗਏ ਸੀਗੇ, ਅਸੀਂ ਵੀ ਤਿਆਰੀ ਕਰ ਰਹੇ ਹਾਂ, ਅਸੀਂ ਵੀ ਦਿੱਲੀ ਜਾ ਕੇ ਮੁਜ਼ਾਹਰਾ ਕਰਾਂਗੇ। ਪਹਿਲਾਂ ਅਸੀਂ ਪੰਜਾਬ ਦੀ ਲੜਾਈ ਪੰਜਾਬ 'ਚ ਰਹਿ ਕੇ ਲੜੀਏ, ਫਿਰ ਦਿੱਲੀ ਜਾਵਾਂਗੇ, ਦਿੱਲੀ ਕਿਹੜੀ ਦੂਰ ਆ ਸਾਡੇ ਲਈ, ਦਿੱਲੀ ਕਿੱਡੀ ਕੁ ਦੂਰ ਆ? ਪੰਜਾਬ ਦੇ ਟਰੱਕ ਆਪਰੇਟਰ ਲੈ ਕੇ ਗਿਆ ਸੀ, ਕਿਸਾਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਜਿੱਦਣ ਰੋਡ ਜਾਮ ਕੀਤਾ ਨਾ, ਦੱਸੂਗਾ ਪੰਜਾਬ ਦੇ ਕਿਸਾਨ ਕਿੰਨੇ ਸਾਡੇ ਨਾਲ ਆ। 500 ਟਰੈਕਟਰ ਫਲੋਰ ਲੈ ਕੇ ਜਾਊਂਗਾ, 500 ਟਰੈਕਟਰ। ਕਿਸਾਨਾਂ ਦੇ ਪੁੱਤ ਮੈਂ, ਸੁਭਾਅ ਆ ਰਿਹਾ ਸੀ ਧਰਮਕੋਟ ਤੋਂ, ਆਇਆ ਟਰੱਕ ਮਾਲਕ ਵੀ ਆ, ਲੋਕ ਸਾਡੇ ਨਾਲ ਨੇ, ਸਾਡੇ ਨਾਲ ਉਹਨੂੰ ਪਿਆਰ ਨੇ ਜੀ।
ਮਾਨ ਕਹਿੰਦਾ ਕਿ ਹਰੇਕ ਕੋਈ ਵੀ ਵਰਗ ਹੋਵੇ ਉਸਨੂੰ ਧਰਨਾ ਨਹੀਂ ਲਾਣ ਦਿੱਤਾ ਜਾਵੇਗਾ, ਬਸ਼ਰਤੇ ਠੀਕ ਹੈ ਕਿ ਸੈਂਟਰ ਦੀ ਇਸ ਵੇਲੇ ਲੜਾਈ ਹੈਗੀ ਆਪਾਂ ਲੜ ਰਹੇ ਹਾਂ, ਲੇਕਿਨ ਉਹਨਾਂ ਵੱਲੋਂ ਹੁਣ ਕਿਹੜਾ ਆਪਣੇ ਨੂੰ ਸਮਰਥਨ ਹੁਣ ਤੱਕ ਕੁਛ ਆਇਆ, ਕੋਈ ਸੁਨੇਹਾ ਜਾਂ ਕੋਈ ਕਾਲ, ਕੋਈ ਹਮਾਇਤ ਹੈਗੀ ਤੁਹਾਨੂੰ ਜੀ? ਨਾ ਮਾਨ ਸਾਹਿਬ ਦੀ, ਨਾ ਅਕਾਲੀ ਦੀ, ਨਾ ਕਿਸੇ ਕਾਂਗਰਸੀ ਦੀ, ਕੋਈ ਹਮਾਇਤ ਨਹੀਂ, ਸਾਰੇ ਆਪੋ ਆਪਣੀਆਂ ਵੋਟਾਂ ਉਹਨਾਂ ਹੀ ਮੰਗਣ ਜਾਣਾ। ਪਰ ਦੁੱਖ ਦੀ ਇਹ ਗੱਲ, ਸਾਡੇ ਵਾਸਤੇ ਹਾਹ ਦਾ ਨਾਰਾ ਕਿਉਂ ਨਹੀਂ ਮਾਰਿਆ? ਪਾਰਟੀਆਂ ਵੋਟਾਂ ਉਹਨਾਂ ਵੀ ਲੈਣੀਆਂ, ਸਾਰੇ ਕਹਿੰਦੇ ਮੁੱਖ ਮੰਤਰੀ ਬਣ ਜਾਈਏ, ਅੱਜ ਦੋ ਦੋ ਲੱਖ ਦੇ ਟੱਕ ਲਈ ਫਿਰਦੇ, ਇਹਨਾਂ ਨੂੰ ਕਹਿੰਦੇ ਫੜ ਕੇ ਅੰਦਰ ਕਰ ਦਿਓ, ਇਹ ਕਿਹੜੇ ਕਾਨੂੰਨ 'ਚ ਲਿਖਿਆ? ਸਾਰੇ ਪੰਜਾਬ ਦੇ ਜਿੰਨੇ ਲੀਡਰ ਆ, ਦੇਖੋ ਅੱਜ ਤੁਸੀਂ ਦੇਖਿਆ ਹੋਣਾ ਕਿਸੇ ਲੀਡਰ ਦਾ ਬਿਆਨ ਆਇਆ ਇਹਦੇ ਪ੍ਰਤੀ? ਦੇਖੋ ਅਖਬਾਰਾਂ, ਮੈਂ ਤਾਂ ਪੜ੍ਹੀਆਂ ਨਹੀਂ, ਪੜ੍ਹੀ ਨਹੀਂ ਹੋਈਆਂ ਦੋ ਦੋ ਦਾ ਅਖਬਾਰਾਂ, ਮੇਰਾ ਨਹੀਂ ਖਿਆਲ, ਮੈਂ ਸੋਸ਼ਲ ਮੀਡੀਆ 'ਤੇ ਕਦੇ ਦੇਖਿਆ ਨਹੀਂ ਵੀ ਕਿਸੇ ਲੀਡਰ ਨੇ ਕਿਹਾ ਵੀ ਹਾਂ ਇਹ ਕਾਨੂੰਨ ਮਾੜੇ ਆ। ਕਿਉਂ ਯਾਰ, ਗੋਲੀਆਂ ਪਈਆਂ ਹੋਈਆਂ ਮੂੰਹ 'ਚ, ਆਉਣ ਤਾਂ ਸਹੀ ਟਰੱਕਾਂ ਵਾਲੇ ਦੇ ਕੋਲ। ਸੱਤਾਧਾਰੀ ਪਾਰਟੀ ਦਾ ਕੋਈ ਬਿਆਨ ਆਇਆ? ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਆਮ ਘਰਾਂ ਦੇ ਕਹਾਉਣ ਵਾਲੇ, ਉਹਨਾਂ ਦਾ ਕੋਈ ਬਿਆਨ ਆਇਆ ਜੀ? ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੁੰਦੀ ਹੁੰਦੀ ਸੀ ਜਦੋਂ MP ਸੀਗੇ, ਜਦੋਂ ਮੈਂਬਰ ਪਾਰਲੀਮੈਂਟ, ਜਦੋਂ ਕੈਪਟਨ ਨੇ ਯੂਨੀਅਨ ਤੋੜੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੇਰੇ ਨਾਲ ਆ, ਟਰੱਕ ਜਿਹਦੇ ਨਾਲ ਆ, ਮੈਂ ਪਾਰਲੀਮੈਂਟ 'ਚ ਵੀ ਬੋਲਾਂਗਾ। ਪਤਾ ਨਹੀਂ ਯਾਰ ਹੁਣ ਕਿਉਂ ਨਹੀਂ ਬੋਲਦੇ, ਮੈਨੂੰ ਸਮਝ ਨਹੀਂ ਆਈ। ਕੱਲ੍ਹ ਜਲੰਧਰ ਦੀ ਸਾਰੀ ਜਨਤਾ ਸੜਕਾਂ ਦੇ ਉੱਤੇ ਸੀ, ਪੈਟਰੋਲ ਪੰਪਾਂ ਦੇ ਉੱਤੇ ਲੱਗੀ ਹੋਈ ਸੀਗੀ, ਇੰਨੀ ਰਸ਼ ਸੀਗਾ, ਇੰਨੀ ਜ਼ਿਆਦਾ ਹਾਹਾਕਾਰ ਮੱਚੀ ਹੋਈ ਸੀ, ਅਤੇ ਤੁਸੀਂ ਕਹਿ ਰਹੇ ਹੋ ਕਿ ਉਸ ਵੇਲੇ ਗੱਲ ਹੁੰਦੀ ਸੀ, ਅਤੇ ਕੱਲ੍ਹ ਇਹ ਕੰਡੀਸ਼ਨ ਕੀ ਉਹਨਾਂ ਨੇ ਨਹੀਂ ਦੇਖੀ ਹੋਊਗੀ ਕਿ ਕੋਈ ਕਿਸੇ ਤਰੀਕੇ ਦਾ ਬਿਆਨ ਉਹਨਾਂ ਵੱਲੋਂ ਨਹੀਂ ਆਇਆ? ਨਹੀਂ ਤਾਂ ਹੁਣ ਮੁੱਖ ਮੰਤਰੀ ਸਾਹਿਬ ਦੱਸ ਸਕਦੇ, ਮੈਂ ਅੰਦਰ ਦੀ ਗੱਲ ਕੀ ਦੱਸ ਸਕਦਾ, ਉਹਨਾਂ ਨੂੰ ਪਤਾ ਜਾਂ ਨਹੀਂ ਪਤਾ ਹੀ ਹੋਊਗਾ, ਕਿਉਂ ਨਹੀਂ ਹੋ ਸਕਦਾ, ਮੁੱਖ ਮੰਤਰੀ ਨੂੰ ਕਿੱਦਾਂ ਨਹੀਂ ਪਤਾ ਹੋ ਸਕਦਾ? ਪ੍ਰਧਾਨ ਸਾਹਿਬ, ਅਗਲੀ ਰਣਨੀਤੀ ਅੰਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ, ਜੇ ਮੰਨ ਲਓ ਹੁਣ ਤੁਹਾਡੀਆਂ ਮੰਗਾਂ ਵੱਲ ਕੇਂਦਰ ਸਰਕਾਰ ਵੱਲੋਂ ਗੌਰ ਨਹੀਂ ਫਰਮਾਇਆ ਜਾਂਦਾ, ਤੁਹਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਤੁਹਾਡੀ ਰਣਨੀਤੀ ਕੀ ਲਿਖੀ ਗਈ ਹੈ? ਕਿਉਂਕਿ ਬਤੌਰ ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਕੀ ਕਹੋਗੇ ਜੀ? 18 ਤਰੀਕ ਨੂੰ, ਤੈਨੂੰ ਕਿਹਾ 18 ਤਰੀਕ ਨੂੰ ਜਿਹੜਾ ਆਪਣਾ ਫਲੋਰ ਲਾਡੂਵਾਲ ਪੌਲਿਆ, ਫਲੋਰ ਦਾ ਜਿਹੜਾ 7 ਵਜੇ ਦਾ ਪੌਲਿਆ, ਉੱਥੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠੂੰਗਾ। 18 ਤਰੀਕ ਦਾ ਸਮਾਂ ਦਿੱਤਾ ਸੈਂਟਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, 18 ਤਰੀਕ ਨੂੰ ਉੱਥੇ ਜਾ ਕੇ ਬੈਠਾਂਗੇ, ਲਾਣੇ ਦੱਸਾਂਗਾ ਪੰਜਾਬ ਦੇ ਕਿਸਾਨ ਕਿੰਨੇ, ਟਰੱਕ ਯੂਨੀਅਨ ਨਾਲ ਕਿੰਨੇ ਉਦਣ ਦਿਖਾਵਾਂਗੇ। 500 ਟਰੈਕਟਰ ਟਰਾਲੀਆਂ ਆਉਣਗੀਆਂ 18 ਜਨਵਰੀ। ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਦਰਸ਼ਕ ਹੋਏ ਸਨ ਸਾਡੇ ਨਾਲ ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ। ਤਾਂ ਥੋੜ੍ਹਾ ਸਮਾਂ ਪਹਿਲਾਂ ਇਹ ਜਲੰਧਰ ਦੇ PAP ਚੌਂਕ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀਗੇ ਕੇਂਦਰ ਸਰਕਾਰ ਦੇ ਖਿਲਾਫ, ਤਾਂ ਪੰਜਾਬ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਤਾਂ ਹੁਣ ਇਹਨਾਂ ਨੇ ਇਹੀ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਤਾਂ ਆਉਣ ਵਾਲੀ 18 ਤਰੀਕ ਨੂੰ ਜਿਹੜਾ ਸਤਲੁਜ ਦਰਿਆ ਆ ਉਸਦੇ ਪੁਲ 'ਤੇ, ਯਾਨੀ ਕਿ ਫਲੋਰ ਦੇ ਨਜ਼ਦੀਕ ਜਿਹੜਾ ਸਤਲੁਜ ਦਰਿਆ ਪੈਂਦਾ ਆ, ਉੱਥੇ ਇਹ ਅਣਮਿੱਥੇ ਸਮੇਂ ਲਈ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਗੇ। ਦੇਖਣਾ ਹੋਵੇਗਾ ਕਿ ਕਦੋਂ ਕੇਂਦਰ ਸਰਕਾਰ ਵੱਲੋਂ ਇਹਨਾਂ ਡਰਾਈਵਰਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਂਦਾ ਹੈ। ਲੋਕਵਾਸ TV ਦੇ ਲਈ ਸਿਮਰਨਜੀਤ ਸਿੰਘ ਢਿੱਲੋਂ, ਜਲੰਧਰ।